इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। विचो होर ते बारो होर लोकी सारे दिल दे चोर पहला पांदे कुत्ते बांदर ਪੌਂਕਣ ਇੱਥੇ ਤਿੱਤਰ ਮੋਰ ਹੱਦ ਤੋਂ ਬਹੁਤਾ ਨਹੀਂ ਲੱਭਦਾ ਲਾ ਲਓ ਜਿੰਨਾ ਮਰਜ਼ੀ ਜ਼ੋਰ ਬੰਦਿਆਂ ਚੋਂ ਬਦਨਿਆਈ ਮੁੱਕੀ ਰਹਿ ਗਏ ਪਿੱਛੇ ਜਿੰਨ ਜਨੌਰ ਬੀਜਾਂ ਜੇ ਮੈਂ ਫੁੱਲ ਗੁਲਾਬੀ ਉਗਣ ਇੱਥੇ ਕਿੱਕੜ ਥੋੜ ਮਲਕ ਬਾਹਰ ਦੇ ਰੌਲੇ ਛੱਡ ਸੁਣ ਜੋ ਮੱਚਦਾ ਅੰਦਰ ਸ਼ੋਰ ਅਸਲਾਮ ਅਲੈਕੁਮ ਆ ਗਿਆ ਤੁਹਾਡਾ ਯਾਰ ਮਲਿਕ ਦੋਸਤੋ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਅੱਲਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਅਤੇ ਤੁਹਾਡੇ ਵੱਡਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ ਅਤੇ ਅੱਜ ਮੈਂ ਜਨਾਬ ਲੈ ਕੇ ਆਇਆ ਵਾਂ ਹਨਸ ਦਾ ਜੋੜੇ ਨੇ ਜੀ ਇੱਕ ਸਾਲ ਇਹਨਾਂ ਦੀ ਉਮਰ ਹੈ ਵੱਡੇ ਸਾਈਜ਼ ਵਾਲੇ ਨੇ ਅਤੇ ਇਹ ਤੁਸੀਂ ਸਕਰੀਨ 'ਤੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਜਨਾਬ ਕਾਲੇ ਰੰਗ ਦੇ ਵਿੱਚ ਨੇ ਇੱਕ ਸਾਲ ਇਹਨਾਂ ਦੀ ਉਮਰ ਹੈ ਫਾਸੀ ਟੀਕੇ ਲੱਗੇ ਨੇ ਡਿਵਰਮਿੰਗ ਹੋਈ ਹੈ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਘਰ ਰੱਖਣ ਦਾ ਜਾਂ ਫਾਰਮ 'ਤੇ ਰੱਖਣ ਦਾ ਬਹੁਤ ਪਿਆਰੇ ਬਹੁਤ ਖੂਬਸੂਰਤ ਹੁੰਦੇ ਨੇ ਜੀ ਇਹ ਜੰਗਲੀ ਨਹੀਂ ਹੈ ਇਹ ਫਾਰਮੀ ਨੇ ਹਨਸ ਇਹਨਾਂ ਨੂੰ ਕਿਹਾ ਜਾਂਦਾ ਵੱਡੀ ਬਤਖ ਨਾਲੋਂ ਵੀ ਵੱਡੇ ਹੁੰਦੇ ਨੇ ਲੰਮੀਆਂ ਲੰਮੀਆਂ ਧੌਣਾਂ ਹੁੰਦੀਆਂ ਨੇ ਕਾਲੇ ਰੰਗ ਦੇ ਨੇ ਸਾਹਮਣੇ ਸਕਰੀਨ 'ਤੇ ਤੁਹਾਨੂੰ ਚੱਲਦੇ ਫਿਰਦੇ ਨਜ਼ਰ ਵੀ ਆ ਰਹੇ ਨੇ ਅਤੇ ਇਹ ਜਨਾਬ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਉਹ ਜਨਾਬ ਸਾਡੇ ਕੋਲੋਂ ਮੰਗਾ ਸਕਦਾ ਕਾਰਗੋ ਦੀ ਸਹੂਲਤ ਜਿਹੜੀ ਹੈ ਜੀ ਉਹ ਪੂਰੇ ਪਾਕਿਸਤਾਨ 'ਚ ਮੌਜੂਦ ਹੈ ਜਿੱਥੇ ਮੇਰਾ ਵੀਰ ਦੋਸਤ ਕਹੇਗਾ ਉੱਥੇ ਜਨਾਬ ਅਸੀਂ ਪਹੁੰਚਾ ਦਾਂਗੇ ਇਹ ਪਹੁੰਚਾਉਣ ਦੀ ਜ਼ਿੰਮੇਦਾਰੀ ਜਿਹੜੀ ਹੈ ਜੀ ਸਾਡੇ ਫਾਰਮ ਦੀ ਹੁੰਦੀ ਹੈ ਅੱਲਾ ਦੇ ਫਜ਼ਲ ਦੇ ਨਾਲ ਤੁਹਾਨੂੰ ਚੀਜ਼ ਘਰ ਮਿਲ ਜਾਏਗੀ ਠੀਕ ਹੈ ਨਾ ਜੀ ਅਤੇ ਜਿਹੜੇ ਵੀਰ ਨੂੰ ਦੋਸਤ ਨੂੰ ਸ਼ੌਕ ਹੋਵੇ ਉਹ ਜਨਾਬ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਰਾਬਤਾ ਨੰਬਰ ਜਿਹੜਾ ਉਹ ਤੁਹਾਨੂੰ ਮੈਂ ਲਿਖਾ ਦਿੰਦਾ ਜੀ 03 03 4 8 5 8 2 7 3 ਇਹ ਮੇਰਾ ਰਾਬਤਾ ਨੰਬਰ ਹੈ ਜੀ ਇਹਦੇ 'ਤੇ ਤੁਸੀਂ ਸਾਡੇ ਕੋਲੋਂ ਹੰਸ ਵੀ ਮੰਗਾ ਸਕਦੇ ਹੋ ਸਾਡੇ ਕੋਲ ਮੋਰ ਵੀ ਹੁੰਦੇ ਨੇ ਜੀ ਚਕੋਰ ਵੀ ਹੁੰਦੇ ਨੇ ਤਿੱਤਰ ਵੀ ਹੁੰਦੇ ਨੇ ਕਾਲੇ ਰਾਨੀ ਦੱਖਣੀ ਜਿਹੜੇ ਵੀ ਤੁਹਾਨੂੰ ਚਾਹੀਦੇ ਹੋਣ ਉਹ ਜਨਾਬ ਸਾਡੇ ਕੋਲੋਂ ਤੁਹਾਨੂੰ ਮਿਲ ਜਾਣਗੇ ਅਤੇ ਇਹਦੇ ਤੋਂ ਇਲਾਵਾ ਜਨਾਬ ਸਾਡੇ ਕੋਲ ਤੁਹਾਨੂੰ ਤਾਜ਼ੀ ਕੁੱਤੇ ਵੀ ਮਿਲਣਗੇ ਸ਼ਿਕਾਰੀ ਜਿਹਨੂੰ ਕਹਿੰਦੇ ਨੇ ਪਤਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਤਾਜ਼ੀ ਕਹਿੰਦੇ ਨੇ ਉਹ ਵੀ ਮਿਲਣਗੇ ਠੀਕ ਹੈ ਨਾ ਜੀ ਅਤੇ ਇਹਦੇ ਤੋਂ ਇਲਾਵਾ ਜਨਾਬ ਸਾਡੇ ਕੋਲੋਂ ਤੁਹਾਨੂੰ ਪੁਆਇੰਟਰ ਵੀ ਮਿਲਣਗੇ ਲੈਬਰਾ ਵੀ ਮਿਲੇਗਾ ਔਰ ਗੁਲਟੇਰ ਵੀ ਮਿਲੇਗਾ ਜਿਹੜਾ ਪਿਓਰ ਹੁੰਦੇ ਨੇ ਠੀਕ ਹੈ ਨਾ ਜੀ ਅਤੇ ਬੁਲੀ ਵੀ ਮਿਲੇਗਾ ਠੀਕ ਹੈ ਨਾ ਜੀ ਅਤੇ ਇਹਦੇ ਤੋਂ ਇਲਾਵਾ ਜਰਮਨ ਸ਼ਫਟ ਅਤੇ ਜਰਮਨ ਪੁਆਇੰਟਰ ਅਤੇ ਇੰਗਲਿਸ਼ ਪੁਆਇੰਟਰ ਇਹ ਵੀ ਤੁਹਾਨੂੰ ਜਨਾਬ ਛੋਟੇ ਵੱਡੇ ਬੱਚੇ ਸਾਰੇ ਮਿਲ ਜਾਣਗੇ ਜਿਹੜੇ ਤੁਸੀਂ ਸ਼ੌਕ ਰੱਖਦੇ ਹੋ ਚੀਜ਼ ਉਹ ਜਨਾਬ ਸਾਡੇ ਕੋਲੋਂ ਤੁਹਾਨੂੰ ਲੱਭ ਜਾਏਗੀ ਅਤੇ ਤੁਸੀਂ ਜਿਹੜਾ ਰਾਬਤਾ ਨੰਬਰ ਜਿਹੜਾ ਤੁਹਾਨੂੰ ਮੈਂ ਲਿਖਾ ਦਿੱਤਾ ਜੋ ਵੀ ਚੀਜ਼ ਚਾਹੀਦੀ ਹੋਵੇ ਜਾਂ ਤੁਸੀਂ ਕੋਈ ਚੀਜ਼ ਰੱਖੀ ਉਹਦੇ ਮਤਲਬ ਕੋਈ ਗੱਲ ਪੁੱਛਣੀ ਹੈ ਤਾਂ ਉਹ ਵੀ ਜਨਾਬ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ ਅਸੀਂ ਸਦਕਾ ਜਾਰੀਆ ਸਮਝ ਕੇ ਜਨਾਬ ਤੁਹਾਨੂੰ ਬਿਲੌਂਸ ਖਿਦਮਤ ਕਰਦੇ ਹੋਏ ਅਤੇ ਅੱਲਾ ਦੀ ਮਖਲੂਕ ਨਾਲ ਪਿਆਰ ਕਰਦੇ ਹੋਏ ਤੁਹਾਨੂੰ ਦੱਸਾਂਗੇ ਜੀ ਉਹਨਾਂ ਨੂੰ ਕੀ ਖਵਾਉਣਾ ਉਹਨਾਂ ਨੂੰ ਕੀ ਪਿਆਉਣਾ ਔਰ ਕਿਸ ਤਰ੍ਹਾਂ ਰੱਖਣੇ ਨੇ ਉਹ ਜਨਾਬ ਬਿਲੌਂਸ ਦੱਸਾਂਗੇ ਉਹਦੀ ਸਾਡੀ ਕੋਈ ਫੀਸ ਨਹੀਂ ਹੁੰਦੀ ਜੀ ਸਾਡੇ ਫਾਰਮ ਦੀ ਅਸੀਂ ਬਿਲਕੁਲ ਅੱਲਾ ਦੀ ਮਖਲੂਕ ਨੂੰ ਰਾਜ਼ੀ ਰੱਖਣ ਵਾਸਤੇ ਉਹ ਜਨਾਬ ਖਿਦਮਤ ਖਲਕ ਸਮਝ ਕੇ ਅਸੀਂ ਉਹਦਾ ਜਵਾਬ ਤੁਹਾਨੂੰ ਦੇਵਾਂਗੇ ਇਨਸ਼ਾਅੱਲਾ ਠੀਕ ਹੈ ਨਾ ਜੀ ਅਤੇ ਜਨਾਬ ਤੁਹਾਨੂੰ ਕੋਈ ਕਿਸੇ ਕਿਸਮ ਦੀ ਚੀਜ਼ ਚਾਹੀਦੀ ਹੋਵੇ ਰਾਬਤਾ ਨੰਬਰ ਤੁਹਾਨੂੰ ਲਿਖਾ ਦਿੱਤਾ ਅਤੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤੁਹਾਡੀ ਖਾਤਰ ਮੈਂ ਵੀਡੀਓ ਬਣਾਉਂਦਾ ਵਾਂ ਕਿ ਤੁਸੀਂ ਦੋਸਤ ਮੈਨੂੰ ਪਿਆਰ ਕਰਦੇ ਹੋ ਅਤੇ ਪਿਆਰ ਤਾਂ ਹੀ ਤੁਹਾਡਾ ਜਿਹੜਾ ਮੇਰੇ ਤੱਕ ਪਹੁੰਚੇਗਾ ਕਿ ਤੁਸੀਂ ਇੱਕ ਘੰਟੀ ਦੇ ਬਟਨ ਨੂੰ ਦਬਾ ਦਿਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਜਿਹੜੀ ਹੈ ਸਾਰੇ ਦੋਸਤਾਂ ਤੱਕ ਬਸਾਨੀ ਪਹੁੰਚ ਸਕੇ ਕਾਫੀ ਦੋਸਤ ਮੈਨੂੰ ਖਾਨ ਭਾਈ ਜਾਂ ਪੰਜਾਬੀ ਭਾਈ ਮੈਨੂੰ ਅਕਸਰ
मैसेज करके फ़ोन करके कहते हैं कि मरा बड़ी मुश्किल से नंबर मैंने लिया है, तो फलाना मेरा दोस्त था तो उसने नंबर भेजा है बड़ी मुश्किल से, तो तुसी मेहरबानी करके लाइक शेयर कर दिया करोगे तो जनाब नंबर जेड़ा है बिल्कुल आसानी दे नाल तुहानू मिल जाया करेगा और वीडियो जिहड़ी है तुहाडे तक पहुँच जाया करेगी जिहड़ी भी मैं लावांगा। ठीक है ना जी। तो कारगो की सहूलत तुहानू दस दिता भाई जान पूरे पाकिस्तान च मौजूद है, साढ़े फार्म की ड्यूटी है जी तुहाडे घर तक चीज़ पहुँचाना जिहड़ी साडी जिम्मेदारी है। ठीक है ना जी। तुसी अल्लाह के फजल के नाल जिहड़ी तुहानू चीज़ चाहिए हो बिला झिझक तुसी अपने भाई नू मालिक नू फोन कर सकते हो, जनाब मालिक साहब हाज़र हो जाएंगे, तुसी जिहड़ी चीज़ मंगानी होवे तुहाडे घर तक टन करके पहुँचेगी इंशाल्लाह और मोटी ताज़ी हैल्दी पहुँचेगी जी। तुहानू मैं अक्सर कहिंदा रहिंदा वां कि तुसी फार्म वाले कोलों चीज़ लिया करो या घर वाले कोल लिया करो, ये दो ही बंदे होंदे ने जिन्हां ने दिल नाल ला के चीज़ां रखियां होंदियां ने, तो जिहड़े वेचण वाले होंदे ने फड़ीए जिन्हां नू कहा जांदा है वह इधरों चीज़ लैंदे ने इधरों वेच के नवीं चीज़ लिया के रख लैंदे ने और दोबारा तुहाडे उह जिम्मेदार नहीं बनते कि भी भाई तुसी साडे कोलों चीज़ लई सी कि नहीं लई। ठीक है ना जी। तो इसलिए अच्छे बंदे कोलों चीज़ लिया करो, थोड़ी जी महंगी तुहानू जरूर महसूस होएगी मगर वो चीज़ जिहड़ी है वह हैल्दी और मोटी ताज़ी होएगी और तुहाडा नुकसान नहीं करेगी फायदा ही करेगी। ठीक है ना जी। तो इसलिए असी अल्लाह के फजल नाल जिथे जिथे अपनी चीज़ां घालने आ तो कुछ दिनों बाद जनाब जाके वो उत्थे अंडे देन लग पैंदियां ने और या फिर वो फीमेल हुंदियां ने वो बच्चे देन लग पैंदियां ने, तो जनाब फिर सानू फोन आंदा कि मालिक साहब तुहाडे फार्म तो फलानी चीज़ मंगाई से उन्हें बच्चे दे दिते ने जी। चलो भला होवे जी तुहाडा भी ताकि तुसी भी जिहड़ा वो अपना शौक पूरा कर सको, तो साडा तो इस तरह का सिस्टम हुंदा जे। ठीक है ना जी। तो ये जनाब हंस ने हंस का जोड़ा जी, तो काले इन्हां दे रंग ने बहुत खूबसूरत वड्डे कद वाले होंदे ने, बड़े प्यारे इन्हां दे जिस्म ते अल्लाह ताला ने वाल बनाए ने और ये जंगली नहीं होंदे जी, ये फार्मी होंदे ने, साडे कोल तुहाडे नाल रहणगे तुहाडे फार्म ते रहणगे, किसे पासे नहीं जाणगे, ना वड्डणगे ना कटणगे। ठीक है ना जी। बहुत प्यारी ब्रीड है, जिहड़े वीर नू दोस्त नू चाहीदा होवे, लाल इन्हां दीआं जिहड़ियां हुंदियां ने उह चूंझां हुंदियां ने, काला इन्हां दा कलर हुंदा फुल काला, तो बहुत प्यारे लगदे ने। ठीक है ना जी। तो ये घर रखने हो फार्म ते रखने हो या तुसी अपना किते ओ पार्क बनाई उत्थे रखने हो जनाब तुसी रख सकते हो, तो बहुत खूबसूरत होंदे ने, बड़ियां बतकां तो भी वड्डे होंदे ने और इन्हां दा साइज़ भी वड्डा हुंदा। ठीक है ना जी। तो बहुत प्यारे लगते हैं। तो जिहड़े वीर नूं दोस्त नूं शौक होवे जनाब इस तों इलावा भी कुछ चीज़ां लैणियां होण, तो मेरा यूट्यूब ते चैनल है मलक हंटर दे नाम ते, वह भी जाके तुसी उत्थे भी मैं काफ़ी सारियां अपनियां वीडियो लाइया ने जानवरों के बारे ने परिंदियां के बारे ने। ठीक है ना जी। तो उत्थों भी तुसी फायदा चुक सकते हो, अगर तुहानूं किसी चीज़ का नहीं पता लगता कोई जानवर रखिया है कोई परिंदा रखिया है तो तुसी जनाब सानू तकलीफ देनी है और तुसी फोन करो, असी तुहानूं इंशाल्लाह उहदा जवाब देवांगे कि भाई जन इहनूं इह चीज़ पाओ तो ये ठीक हो जाएगा। उहनां दे फजल दे नाल काफ़ी दोस्त ने जिहड़े फोन करते हैं मैसेज करते हैं और उन्होंने साडे कोलों फायदा भी चुकिया जी। तो तुसी भी अगर कोई गल पुछनी होवे दसनी होवे तो तुसी जनाब साडे नाल मशवरा कर सकते हो। ठीक है ना। चीज़ लैनी या ना लैनी वो तुहाडी अपनी मर्जी है, तुसी कोई किसी कोलों भी लैनी होवे तो मेरे नाल मशवरा जरूर करो, मैं तुहानूं बेहतर हाल दसांगा। ठीक है ना जी। काफ़ी दोस्त होंदे ने और चीज़ लै रहे होंदे ने तो फोन करते हैं कि मालिक साहब किन्ने कि होनी चाहिए, फिर उन्होंने दसीदा कि जी इन्हें दी। ठीक है ना। तो दोस्तों मैंने भी दुआवां याद रखना, मैं तुहाडे लई दुआवां करना, बहुत शुक्रिया। अस्सलाम वालेकुम।